ਪੰਜਾਬ ਵਿੱਚ ਪੰਚਾਇਤੀ ਚੋਣਾਂ ਚੱਲ ਰਹੀ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਰਨ ਵਿਖੇ ਪਹੁੰਚੇ ਹਨ, ਜਿੱਥੇ ਬੂਥ ਦੇ ਅੰਦਰ ਆਪਾਂ ਪੰਚਾਇਤੀ ਅਫਸਰ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਚੋਣਾਂ ਚੱਲ ਰਹੀਆਂ ਹਨ, ਜਿੱਦਾਂ ਕਿੰਨੀ ਪਰਸੈਂਟ ਵੋਟਿੰਗ ਹੋ ਚੁੱਕੀ ਹੈ? 62% ਹੋ ਗਈ ਅਤੇ ਸਵੇਰ ਤੋਂ ਲੈ ਕੇ ਹੁਣ ਤੱਕ ਤਾਂ ਵੋਟਿੰਗ ਹੋ ਰਹੀ ਹੈ, ਕੋਈ ਵੋਟਿੰਗ 'ਚ ਕੋਈ ਹਲਰ ਗੁਲਰ ਜਾਂ ਕੋਈ ਫਲਰ? ਨਹੀਂ ਕੋਈ ਨਹੀਂ, ਬਿਲਕੁਲ ਬਹੁਤ ਵਧੀਆ, ਠੀਕ ਆ, ਬਹੁਤ ਵਧੀਆ ਢੰਗ ਨਾਲ। ਹੋਰ ਕਿੰਨੀ ਦੇਰ ਤੱਕ ਵੋਟਿੰਗ ਵੋਟਰ ਪਾ ਸਕਦਾ ਹੈ? 4 ਵਜੇ ਤੱਕ ਟਾਈਮ ਹੈ, 4 ਵਜੇ ਤੱਕ ਜਿੰਨੇ ਵੀ ਵੋਟਰ ਸਕੂਲ ਜਾ ਜਾਣਗੇ ਸਾਰੇ ਵੋਟ ਪਾ ਦੇਣਗੇ। ਠੀਕ ਹੈ ਜੀ। ਹੋਰ ਕਿੰਨੇ ਪਰਸੈਂਟ ਵੋਟ ਪੈਣ ਦੀ ਹੋਰ ਆਸ ਹੈ? ਟੋਟਲ ਵੋਟ ਕਿੰਨੀ ਸੀ ਪਿੰਡ ਦੀ? ਕੁੱਲ ਵੋਟ ਮੇਰੇ ਬੂਥ 'ਤੇ 847 ਹੈ, ਜਿਹਚੋਂ 518 ਪੋਲ। ਸੋ ਇਹ ਸਨ ਬੂਥ ਇੰਚਾਰਜ ਜਿਨ੍ਹਾਂ ਨੇ ਦੱਸਿਆ ਕਿ 518 ਹਜੇ ਤੱਕ ਜਿਹੜੀ ਵੋਟਰਾਂ ਵੱਲੋਂ ਵੋਟ ਪਾ ਚੁੱਕੇ ਹੈ। ਕੈਮਰਾ ਪਰਸਨ ਦਲੀਪ ਦੇ ਨਾਲ ਸਨੀ ਮਹਿਰਾ, ਜੀਵੇ ਪੰਜਾਬ ਟੀਵੀ।